ਸਤਿ ਸ਼੍ਰੀ ਅਕਾਲ ਜੀ ਸ਼ਨਾਇਡਰ ਲਾਅ ਗਰੁੱਪ ਦੇ ਅੱਜ ਦੇ ਸੈਗਮੈਂਟ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਸਤਵਿੰਦਰ ਕੌਰ ਅਤੇ ਸਾਡੇ ਨਾਲ ਹਨ ਅੱਜ ਅਟਰਨੀ ਪਰਤਿੰਦਰਜੀਤ ਕੌਰ ਹੋਰਾ ਜਿਹੜੇ ਕਿ ਸ਼ਨਾਇਡਰ ਲਾਅ ਗਰੁੱਪ ਦੇ ਇਮੀਗ੍ਰੇਸ਼ਨ ਅਤੇ ਕ੍ਰਿਮੀਨਲ ਲਾਅ ਦੇ ਐਕਸਪਰਟ ਹਨ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਸੈਗਮੈਂਟ ਦੇ ਵਿੱਚ ਸਤਿ ਸ਼੍ਰੀ ਅਕਾਲ ਜਿਵੇਂ ਕਿ ਸਾਨੂੰ ਬਹੁਤ ਸਾਰੀਆਂ ਈਮੇਲਸ ਆਉਂਦੀਆਂ ਰਹਿੰਦੀਆਂ ਹਨ ਅਤੇ ਅੱਜ ਦੀ ਜਿਹੜੀ ਸਾਡੀ ਪਹਿਲੀ ਈਮੇਲ ਅਸੀਂ ਪੜ੍ਹਨ ਜਾ ਰਹੇ ਹਾਂ ਇਹ ਸਾਨੂੰ ਨਿਊ ਜਰਸੀ ਤੋਂ ਸਤਨਾਮ ਕੌਰ ਜੀ ਨੇ ਲਿਖੀ ਹੈ ਅਤੇ ਇਹਨਾਂ ਦਾ ਸਵਾਲ ਹੈ ਕਿ ਇਹ B1 B2 ਵੀਜ਼ਾ ਲੈ ਕੇ ਇੰਡੀਆ ਤੋਂ ਆਏ ਹਨ ਅਤੇ ਇਹਨਾਂ ਦੀ ਐਂਟਰੀ ਹੈ ਜਿਹੜੀ ਉਹ 30 ਜੁਲਾਈ ਨੂੰ ਖਤਮ ਹੋਣ ਜਾ ਰਹੀ ਹੈ ਅਤੇ ਇਹ ਪਰ ਥੋੜ੍ਹੀ ਦੇਰ ਹੋਰ ਰੁਕਣਾ ਚਾਹੁੰਦੇ ਨੇ ਅਤੇ ਇਹਨਾਂ ਕੋਲ ਕੀ ਆਪਸ਼ਨਸ ਮੌਜੂਦ ਹਨ ਜੀ ਸਤਿ ਸ਼੍ਰੀ ਅਕਾਲ ਟੂ ਦੀ ਆਡੀਅੰਸ ਐਂਡ ਸਤਨਾਮ ਕੌਰ ਥੈਂਕ ਯੂ ਤੁਹਾਡੇ ਕੁਐਸਚਨ ਵਾਸਤੇ ਮੈਂ ਆਡੀਅੰਸ ਨੂੰ ਪਹਿਲੇ ਇਹ ਦੱਸਣਾ ਚਾਹਾਂਗੀ ਕਿ B1 B2 ਵੀਜ਼ਾ ਕੀ ਹੁੰਦਾ ਹੈ ਇਹ ਸਭ ਤੋਂ ਕਾਮਨ ਵੀਜ਼ਾ ਹੈ ਜਿਸਦਾ ਨਾਂ B1 B2 ਟੂਰਿਸਟ ਵੀਜ਼ਾ ਜਿਸ ਤੌਰ 'ਤੇ ਲੋਕ ਇੱਥੇ ਟਰੈਵਲ ਕਰਨ ਆਉਂਦੇ ਨੇ ਬਿਜ਼ਨਸ ਆਪਸ਼ਨਸ ਐਕਸਪਲੋਰ ਕਰਨ ਆਉਂਦੇ ਨੇ ਇਸ ਵੀਜ਼ਾ ਦੀ ਬੇਸਿਕ ਰੀਜ਼ਨ ਹੁੰਦਾ ਕਿ ਲੋਕ ਘੁੰਮਣ ਆਉਣ ਇੱਥੇ ਰਹਿਣ ਵਾਸਤੇ ਨਾ ਆਉਣ ਪਰ ਜਦ ਲੋਕ ਇੱਥੇ ਪਹੁੰਚਦੇ ਨੇ ਉਹਨਾਂ ਦੀ ਨੀਅਤ ਬਦਲ ਜਾਂਦੀ ਹੈ ਉਹ ਇੱਕ ਦੂਜੇ ਨੂੰ ਮਿਲਦੇ ਨੇ ਉਹਨਾਂ ਦੇ ਆਪਸ਼ਨਸ ਉਹਨਾਂ ਦੇ ਅੱਗੇ ਆਉਂਦੇ ਨੇ ਅਤੇ ਉਹ ਚਾਹੁੰਦੇ ਨੇ ਉਹ ਇੱਥੇ ਔਰ ਰੁਕਣ ਜਦ ਤੁਹਾਨੂੰ B1 B2 ਵੀਜ਼ਾ ਮਿਲਦਾ ਹੈ ਮੋਸਟਲੀ ਤੁਹਾਨੂੰ 6 ਮਹੀਨੇ ਵਾਸਤੇ ਮਿਲਦਾ ਹੈ ਕਦੀ 3 ਮਹੀਨੇ ਵਾਸਤੇ ਮਿਲਦਾ ਹੈ ਬਟ ਮੋਸਟਲੀ 6 ਮਹੀਨੇ ਵਾਸਤੇ ਹੁੰਦਾ ਹੈ ਔਰ ਅਕੋਰਡਿੰਗ ਟੂ ਦ ਵੀਜ਼ਾ ਜਿਸ ਦਿਨ ਤੁਹਾਡਾ ਵੀਜ਼ਾ ਐਕਸਪਾਇਰ ਹੁੰਦਾ ਹੈ ਤੁਹਾਨੂੰ ਆਪਣੀ ਕੰਟਰੀ ਵਾਪਸ ਚਲੇ ਜਾਣਾ ਚਾਹੀਦਾ ਹੈ ਪਰ ਲੇਕਿਨ ਅਗਰ ਤੁਸੀਂ ਇੱਥੇ ਰੁਕਣਾ ਚਾਹੋ ਤਾਂ ਦੇਰ ਇਜ਼ ਸਮਥਿੰਗ ਕਾਲ 90-60 ਡੇ ਰੂਲ ਮਾਨੇ ਕਿ ਜਦ ਤੁਸੀਂ ਇੱਥੇ ਪਹਿਲੇ ਆਓ ਪਹਿਲੇ 90 ਦਿਨਾਂ ਵਾਸਤੇ ਤੁਸੀਂ ਕੁਛ ਨਾ ਅਪਲਾਈ ਕਰੋ 90 ਦਿਨਾਂ ਦੇ ਬਾਅਦ ਤੁਸੀਂ ਅਗਰ ਇੱਥੇ ਰਹਿਣਾ ਚਾਹੋ ਤਾਂ ਕਿਸੇ ਅਟਰਨੀ ਨੂੰ ਮਿਲੋ ਜਾਂ ਆਪਣੇ ਕਿਸੇ ਐਕਸਪਰਟ ਨੂੰ ਮਿਲ ਕੇ ਤੁਸੀਂ ਐਕਸਟੈਂਸ਼ਨ ਵਾਸਤੇ ਅਪਲਾਈ ਕਰਨਾ ਹੈ ਕਿਸ ਬੇਸ 'ਤੇ ਤੁਹਾਨੂੰ ਐਕਸਟੈਂਸ਼ਨ ਮਿਲ ਸਕਦੀ ਹੈ ਅਗਰ ਤੁਹਾਨੂੰ ਕੋਈ ਮੈਡੀਕਲ ਪ੍ਰੋਬਲਮ ਚੱਲ ਰਹੀ ਹੈ ਜਿਸ ਤਰ੍ਹਾਂ ਕਿ ਤੁਸੀਂ ਇੱਥੇ ਆਏ ਹੋ ਤੁਸੀਂ ਸਨੋਅ ਦੇ ਵਿੱਚ ਗਿਰ ਗਏ ਜਾਂ ਤੁਹਾਨੂੰ ਤੁਸੀਂ ਬਿਮਾਰ ਪੈ ਗਏ ਹੋ ਜਾਂ ਤੁਹਾਡਾ ਕੋਈ ਫੈਮਿਲੀ ਮੈਂਬਰ ਸਿੱਖ ਹੈ ਜਾਂ ਤੁਸੀਂ ਇੱਥੇ ਆ ਕੇ ਚਾਹੁੰਦੇ ਹੋ ਕਿ ਮੈਂ ਕਾਲਜ ਜਾਵਾਂ ਤਾਂ ਤੁਸੀਂ ਕਾਲਜ ਵਾਸਤੇ ਤੁਸੀਂ ਐਕਸਟੈਂਸ਼ਨ ਅਪਲਾਈ ਕਰ ਸਕਦੇ ਹੋ ਜਾਂ ਤੁਹਾਡੇ ਅੱਗੇ ਕੋਈ ਬਿਜ਼ਨਸ ਆਪਸ਼ਨਸ ਖੜ੍ਹੇ ਨੇ ਤਾਂ ਤੁਸੀਂ ਐਕਸਟੈਂਸ਼ਨ ਅਪਲਾਈ ਕਰ ਸਕਦੇ ਹੋ ਇੱਕ ਵਾਰੀ ਤੁਹਾਨੂੰ ਐਕਸਟੈਂਸ਼ਨ ਮਿਲ ਗਈ ਫਿਰ ਤੁਸੀਂ COS ਵਾਸਤੇ ਅਪਲਾਈ ਕਰ ਸਕਦੇ ਹੋ ਵਿਚ ਇਜ਼ ਚੇਂਜ ਆਫ ਸਟੈਟਸ ਤੋ ਟੂ ਸਮਰਾਈਜ਼ ਅਗਰ ਤੁਹਾਡੇ ਕੋਲ B1 ਵੀਜ਼ਾ ਹੈ ਤੁਸੀਂ ਐਕਸਟੈਂਸ਼ਨ ਵਾਸਤੇ ਅਪਲਾਈ ਕਰ ਸਕਦੇ ਹੋ ਔਰ B1 ਤੋਂ ਲੈ ਕੇ ਤੁਸੀਂ ਕਿਸੇ ਹੋਰ ਸਟੈਟਸ ਵਿੱਚ ਪਹੁੰਚ ਸਕਦੇ ਹੋ ਜਿਸ ਤਰ੍ਹਾਂ ਕਿ ਤੁਸੀਂ ਸਟੂਡੈਂਟ ਹੁਣ ਬਣ ਸਕਦੇ ਹੋ ਜਾਂ ਤੁਸੀਂ ਇੱਥੇ ਆ ਕੇ ਆਪਣਾ H1 ਇੰਪਲੋਈ ਬਣ ਸਕਦੇ ਹੋ ਜਾਂ ਤੁਸੀਂ ਕੋਈ ਮੈਰਿਜ ਕੇਸ ਫਾਇਲ ਕਰ ਸਕਦੇ ਹੋ ਐਂਡ ਲਾਸਟ ਬਟ ਨਾਟ ਲੀਸਟ ਅਗਰ ਤੁਸੀਂ ਇੱਥੇ B1 B2 ਲੈ ਕੇ ਆਏ ਔਰ ਤੁਹਾਡੇ ਕੰਟਰੀ ਵਿੱਚ ਹਾਲਾਤ ਖਰਾਬ ਨੇ ਤਾਂ ਤੁਸੀਂ ਅਸਾਈਲਮ ਵੀ ਅਪਲਾਈ ਕਰ ਸਕਦੇ ਹੋ ਸੋ ਇਸ ਦਾ ਇੱਕ ਜਨਰਲ ਕਿਸਮ ਦਾ ਆਨਸਰ ਹੈ ਪਰ ਲੇਕਿਨ ਅਗਰ ਸਤਨਾਮ ਦਾ ਵੀਜ਼ਾ ਜੁਲਾਈ ਵਿੱਚ ਐਕਸਪਾਇਰ ਹੋ ਰਿਹਾ ਹੈ ਹੁਣ ਉਸਨੂੰ ਕਿਸੇ ਅਟਰਨੀ ਨੂੰ ਮਿਲ ਜਾਣਾ ਚਾਹੀਦਾ ਹੈ ਐਂਡ ਡਿਸਕਸ ਹਰ ਆਪਸ਼ਨਸ ਵਿਦ ਦੈਮ ਆਈ ਹੋਪ ਦੈਟ ਹੈਲਪਸ ਐਂਡ ਥੈਂਕ ਯੂ ਪਰ ਅਤੇ ਉਮੀਦ ਕਰਦੇ ਹਾਂ ਕਿ ਸਤਨਾਮ ਕੌਰ ਜੀ ਨੂੰ ਉਹਨਾਂ ਦੇ ਸਵਾਲ ਦਾ ਜਵਾਬ ਮਿਲ ਗਿਆ ਹੋਏਗਾ ਅਤੇ ਉਹਨਾਂ ਕੋਲ ਜੇ ਕੋਈ ਹੋਰ ਸਵਾਲ ਹਨ ਉਹ ਸਾਨੂੰ ਸਾਡੇ ਆਫਿਸ ਦੇ ਵਿੱਚ ਕਾਲ ਕਰ ਸਕਦੇ ਹਨ ਸਾਡੇ ਨੰਬਰ ਹਨ 9177728 0049 ਜਾਂ 8888247227 ਸਾਨੂੰ ਈਮੇਲ ਵੀ ਕਰ ਸਕਦੇ ਹਨ ਸਾਡੀ ਈਮੇਲ ਹੈ info@wzslaw.com ਜਾਂ ਸਾਡੀ ਵੈਬਸਾਈਟ 'ਤੇ ਜਾ ਸਕਦੇ ਹਨ ਹੋਰ ਜਾਣਕਾਰੀ ਦੇ ਲਈ ਸਾਡੀ ਵੈਬਸਾਈਟ ਹੈ hora.wzslaw.com ਅੱਜ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ ਫਿਰ ਮੁੜ ਹਾਜ਼ਰ ਹੋਵਾਂਗੇ ਪਰਤਿੰਦਰਜੀਤ ਹੋਰਾ ਜੀ ਨੂੰ ਲੈ ਕੇ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ